ਵੈਲਕਮ ਕਰਦੇ ਹਾਂ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲੈ ਕੇ ਆਏ ਆ ਨਵਾਂ ਨੋਟੀਫਿਕੇਸ਼ਨ ਸਟਾਫ ਨਰਸ ਦੇ ਦੀਆਂ ਪੋਸਟਾਂ ਦੇ ਰਿਲੇਟਡ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਆ ਜਿਹੜੇ ਵੀ ਸਟੂਡੈਂਟ ਜਾਂ ਭੈਣ ਭਰਾ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਦਬ ਲਵੋ ਤਾਕੇ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਤੁਸੀਂ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਮਿਸ ਨਾ ਕਰੋ ਨਾਲ ਦੀ ਨਾਲ ਡਿਸਕ੍ਰਿਪਸ਼ਨ ਵਿੱਚ ਆਪਣੇ ਟੈਲੀਗ੍ਰam ਚੈਨਲ ਅਤੇ ਇੰਸਟਾਗ੍ਰam ਚੈਨਲ ਦਾ ਲਿੰਕ ਦਿੱਤਾ ਗਿਆ ਹੈ ਉਹਨਾਂ ਤੇ ਵਿਜ਼ਿਟ ਕਰਕੇ ਉਹਨਾਂ ਨੂੰ ਫੋਲੋ ਅਤੇ ਜੁਆਇਨ ਜ਼ਰੂਰ ਕਰ ਲਵੋ ਸੋ ਸ਼ੁਰੂ ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ ਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਨੋਟੀਫਿਕੇਸ਼ਨ ਦੇ ਉੱਪਰ ਹਾਂਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਟਾਫ ਨਰਸ ਦਾ ਨੋਟੀਫਿਕੇਸ਼ਨ ਇਹ ਕੱਢਿਆ ਗਿਆ ਜੀ ਸੀਆਈਟੀ ਹਸਪੀਟਲ ਰਾਜਪੁਰਾ ਪੰਜਾਬ ਵੱਲੋਂ ਠੀਕ ਹੈ ਜੀ ਜੌਬ ਡਿਟੇਲ ਆ ਜੀ ਸੈਲਰੀ ਤੁਹਾਡੀ ਰਹਿਣ ਵਾਲੀ ਆ 8500 ਰੁਪਿਆ ਤੇ ਜੌਬ ਟਾਈਪ ਆ ਫੁੱਲ ਟਾਈਮ ਇਸ ਪੋਜੀਸ਼ਨ ਲਈ 2 ਤੋਂ 4 ਬੱਚਿਆਂ ਨੂੰ ਹਾਇਰ ਕੀਤਾ ਜਾਵੇਗਾ ਕੁਆਲੀਫਿਕੇਸ਼ਨ ਨਰਸਿੰਗ 1 ਇਅਰ ਪ੍ਰੈਫਰਡ ਆ ਜੀ ਜੀਐਨਐਮ ਬੀਐਸਸੀ ਨਰਸਿੰਗ ਤੇ ਪੋਸਟ ਬੇਸਿਕ ਵਾਲੇ ਬੱਚੇ ਅਪਲਾਈ ਕਰ ਸਕਦੇ ਆ ਫੁੱਲ ਜੌਬ ਉਹੀ ਆ ਜੀ ਸੈਲਰੀ ਉਨੀ ਐ ਐਕਸਪੀਰੀਅੰਸ ਤੁਹਾਡਾ 1 ਇਅਰ ਦਾ ਜੇ ਹੋਵੇ ਠੀਕ ਆ ਜੇ ਨਾ ਵੀ ਹੋਵੇ ਤਾਂ ਵੀ ਕੰਮ ਚੱਲ ਜਾਊਗਾ ਸੋ ਮੈਂ ਦੱਸਣਾ ਚਾਹੁੰਨਾ ਵਾਂ ਜੀ ਇਹ ਪ੍ਰਾਈਵੇਟ ਹਸਪੀਟਲ ਦੀ ਜੌਬ ਆ ਠੀਕ ਹੈ ਜੀ ਸੋ ਪ੍ਰਾਈਵੇਟ ਹਸਪੀਟਲ ਦੀ ਜੌਬ ਮੈਂ ਇਸ ਕਰਕੇ ਅਪਲੋਡ ਕਰ ਦਿੰਦਾ ਹਾਂ ਕਿਈ ਵਾਰ ਉਸ ਏਰੀਏ ਦੇ ਬੱਚੇ ਨੂੰ ਕਿਸੇ ਨੂੰ ਪ੍ਰਾਈਵੇਟ ਜੌਬ ਦੀ ਵੀ ਲੋੜ ਹੁੰਦੀ ਆ ਠੀਕ ਹੈ ਜੀ ਤਾਂ ਕਰਕੇ ਕਿਸੇ ਦੀ ਹੈਲਪ ਹੋ ਸਕੇ ਇਸ ਦੇ ਕਰਕੇ ਮੈਂ ਪ੍ਰਾਈਵੇਟ ਜੌਬ ਦਾ ਨੋਟੀਫਿਕੇਸ਼ਨ ਵੀ ਅਪਲੋਡ ਕਰ ਦਿੰਦਾ ਹਾਂ ਇਸ ਲਈ ਤੁਸੀਂ ਕਿੱਦਾਂ ਅਪਲਾਈ ਕਰ ਰਹੇ ਹੋ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗਾ ਉੱਥੋਂ ਤੁਸੀਂ ਕਾਲ ਕਰਕੇ ਵੀ ਪਤਾ ਕਰ ਸਕਦੇ ਹੋ ਕਾਲ ਦੇ ਥਰੂ ਵੀ ਅਪਲਾਈ ਕਰ ਸਕਦੇ ਹੋ ਸੋ ਉਮੀਦ ਆ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਲਵੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਦੇ ਉੱਤੇ ਆਪਾਂ ਸਰਕਾਰੀ ਤੇ ਪ੍ਰਾਈਵੇਟ ਜੌਬਸ ਦੇ ਨੋਟੀਫਿਕੇਸ਼ਨ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਨਾਲ ਦੀ ਨਾਲ ਪੇਪਰਾਂ ਦੀ ਤਿਆਰੀ ਵੀ ਕਰਵਾਉਂਦੇ ਹਾਂ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ